ਵਾਹ ਜੀ ਵਾਹ ਕੀਆ 20 ਮਿੰਟ ਤੇ ਹਾਕੀ ਨਾਈਨ ਕੈਨੇਡਾ ਪੰਜਾਬੀ ਤੇ ਪੇਸ਼ ਕੀਤੀ ਜਾ ਰਹੀ ਸ਼ੈਵਰਲੇ ਵੱਲੋਂ 2-1 ਜਿੱਤਦੇ ਆ ਟੋਰਾਂਟੋ ਮੇਪਲ ਲੀਫਸ ਪਰ ਅਸੀਂ ਇੱਕ ਬੜੀ ਖਾਸ ਗੱਲ ਸਾਂਝੀ ਕਰਨਾ ਚਾਹੁੰਦੇ ਆ ਪਿਛਲੇ ਮੰਗਲਵਾਰ ਇਤਿਹਾਸਿਕ ਸ਼ਾਮ ਸੀ ਬੋਸਟਨ ਦੇ ਵਿੱਚ ਜਿੱਥੇ ਵਿਲੀ ਓਰੀ ਦੀ ਜਿਹੜੀ 22 ਨੰਬਰ ਜਰਜ਼ੀ ਸੀ ਰਿਟਾਇਰ ਕੀਤੀ ਗਈ ਤਾਂ ਕੀਆ ਬਾਤ ਜੀ ਇਹ ਪਹਿਲੇ ਖਿਡਾਰੀ ਬਲੈਕ ਖਿਡਾਰੀ ਸੀ NHL ਦੇ ਇਤਿਹਾਸ ਦੇ ਵਿੱਚ 1958 ਦੇ ਵਿੱਚ ਤਾਂ ਇਹਨਾਂ ਨੇ ਜਿਹੜੀਆਂ ਦਰਵਾਜ਼ੇ ਸੀ ਕਈਆਂ ਦੇ ਖੋਲ੍ਹੇ ਗੁਰਪ੍ਰੀਤ ਜੀ ਬਿਲਕੁਲ ਰਣਦੀਪ ਅਤੇ ਸਾਨੂੰ ਇਹਨਾਂ ਦਾ ਨਾਂ ਜਿਹੜਾ ਯਾਦ ਰੱਖਣਾ ਚਾਹੀਦਾ ਆ ਬੜੀ ਇਤਿਹਾਸ ਜਿਹੜੀ ਹੈਗੀ ਹਾਕੀ ਦੀ ਖਾਸ ਕਰਕੇ ਜਿਹੜੀ ਡਾਇਵਰਸਿਟੀ ਦੀ ਹੈਗੀ ਆ ਉਹ ਇਹਨਾਂ ਤੋਂ ਸ਼ੁਰੂ ਹੋਈ ਆ ਕਈ ਵਾਰੀ ਆਪਾਂ ਭੁਲਾ ਦਿੰਦੇ ਹਾਂ ਨਾਂ ਪਰ ਨਹੀਂ ਭੁਲਾਉਣਾ ਚਾਹੀਦਾ ਜਿਹੜੀ ਹੁਣ ਵੀ ਹਾਕੀ ਡਾਇਵਰਸਿਟੀ ਅਲਾਇੰਸ ਹੈਗੀ ਆ ਵੇਨ ਸਿਮਨਸ ਜੋ ਕਿ ਅੱਜ ਖੇਡ ਰਿਹਾ ਉਹ ਵੀ ਉਹਦਾ ਮੈਂਬਰ ਹੈਗਾ ਉਹ ਸਾਰੇ ਬੜੀ ਇੱਜ਼ਤ ਕਰਦੇ ਹੈਗੇ ਵਿਲੀ ਓਰੀ ਦੀ ਹਾਂਜੀ ਅਸੀਂ ਸਾਰੇ ਕਰਦੇ ਨੇ ਤਾਂ ਇਹਨਾਂ ਦੀ ਇਕੱਲਿਆਂ ਦੀ ਨਹੀਂ ਪਤਾ ਜਿਹੜੇ ਬਾਕੀ ਵੀ ਪਾਏ ਨਹੀਂ ਤੁਸੀਂ ਸੱਦ ਲਓ ਲੈਰੀ ਕੁਆਂਗ ਫ੍ਰੈਡ ਸਸਾਕਮੂਸ ਜਿਹੜੇ ਹੈਗੇ ਸੀ ਰੋਬਿਨ ਬਾਵਾ ਜਿਹੜੇ ਪੰਜਾਬੀ ਕਮਿਊਨਿਟੀ 'ਚ ਪਹਿਲੇ ਸਾਊਥ ਏਸ਼ੀਅਨ ਪੰਜਾਬੀ ਖਿਡਾਰੀ NHL ਵਿੱਚ ਪਰ ਇਹ ਪਿਛੋਕੜ ਦੀ ਵੀ ਗੱਲ ਹੈਗੀ ਹੈ ਪਰ ਫਿਊਚਰ ਬਾਰੇ ਵੀ ਹੈਗੀ ਹੈ ਤਕਦੀਰ ਹਾਂਜੀ ਨਾ ਕਿ ਸਿਰਫ ਪੰਜਾਬੀ ਭਾਈਚਾਰੇ ਅਸੀਂ ਦੇਖਦੇ ਹਾਂ ਔਰਤਾਂ ਵੀ ਹੁਣ NHL ਦੀ ਦੁਨੀਆ 'ਚ ਸ਼ਾਮਲ ਹੋ ਰਹੀਆਂ ਆਇਸ਼ਾ ਵੈਸਟਰੋਮ ਉਹਨਾਂ ਨੂੰ ਵੀ ਨੌਕਰੀ ਮਿਲੀ ਆ ਹੁਣ ਟ੍ਰੇਨਰ ਦਾ ਰੋਲ ਅਦਾ ਕੀਤਾ ਲਾਸ ਏਂਜਲਸ ਦੇ ਨਾਲ ਸੋ ਕਾਫੀ ਤਰੱਕੀ ਹੋ ਰਹੀ ਆ ਹਾਕੀ ਦੀ ਦੁਨੀਆ 'ਚ ਚੇਤਾ ਰੱਖਣਾ ਪਿਛਲੇ ਸਾਲ ਇੱਕ ਪੂਰੀ ਲਾਈਨ ਟੈਂਪਾ ਬੇ ਲਾਈਟਨਿੰਗ ਵਾਸਤੇ ਉਹਦੇ ਵਿੱਚ ਬਲੈਕ ਖਿਡਾਰੀ ਇਕੱਤਰ ਹੋਏ ਸੀਗੇ ਮੈਥਿਊ ਜੋਸਫ ਸਮਿਥ ਅਤੇ ਡੈਨੀਅਲ ਵਾਲਕਾਟ ਸੋ ਵੱਡੀ ਗੱਲ ਹੈਗੀ ਆ ਹਾਕੀ ਦੀ ਦੁਨੀਆ ਬਾਰੇ ਕਿ ਅੱਗੇ ਵੱਧ ਰਹੀ ਆ ਹਾਂਜੀ ਤਾਂ ਇੱਕ ਪੰਜਾਬੀ ਕਨੈਕਸ਼ਨ ਵੀ ਹੈਗਾ ਆ ਜਿਹੜੇ ਵਿਲੀ ਓਰੀ ਉਹਨਾਂ ਦੇ ਵਾਈਫ ਹੈਗੇ ਨੇ ਦਿਲਜੀਤ ਪੰਜਾਬੀ ਕਨੈਕਸ਼ਨ ਦੇ ਕਮਿਊਨਿਟੀ ਦਾ ਕਨੈਕਸ਼ਨ ਹੈਗਾ ਸੋ ਸਾਰੇ ਇਹ ਤੁਸੀਂ ਕਹਿ ਸਕਦੇ ਕਮਿਊਨਿਟੀ ਕਨੈਕਸ਼ਨ ਵੀ ਹੈਗਾ ਦੇਖਦੇ ਰਹਿਣਾ ਹਾਕੀ ਨਾਈਨ ਕੈਨੇਡਾ ਪੰਜਾਬੀ ਅਸੀਂ ਲੈ ਕੇ ਆ ਰਹੇ ਹਾਂ ਸੈਟਰਡੇ ਰਾਊਂਡ ਟੇਬਲ ਬ੍ਰੇਕ ਤੋਂ ਬਾਅਦ ਕਿਤੇ ਨਹੀਂ ਜਾਣਾ ਜੀ ਇੱਥੇ ਆਮਨੀ ਟੈਲੀਵਿਜ਼ਨ ਤੇ ਦੇਖਣਾ